ਉਹ ਇੱਕ ਨੂੰ ਬੁਲਾ ਲੈ ਕਿੱਧਰ ਕਿਤਨੇ ਜਣੇ ਆ ਇਹ ਕੁਜੂ ਕੀ ਚੱਲਣ ਚ ਫੜੀ भतीजा मेरा से इस साल जनवरी स्टडी बेस से गया अमेरिका पहले यूनिवर्सिटी कॉलेज जलंधर तो इन्हें बीटेक की बीटेक तो बहुत फिर स्टडी बेस से अमेरिका गया मिलवाकी शहर उत्तर मिलवाकी शहर रेड लाइट चौंक से खड़ा सी ना एक होर लड़का ही दसूए का कार च अपनी खड़े से बैन के आए निगरो चार काले जो हफ्स जी ने कहने अपने उन्होंने लगे पहले पोल के अपनी कार बैन मारी फिर इन्हें गड्डी मारी इन्हें कार ने तीन चार पलटियां खादिया फिर पुलिस मौके पर आ गई उत्थे पुलिस ने आके इन्हों होस्पिटल एडमिट कराया दोनों तो तीन चार घंटे साल लेंदा रहा ये हार्ट के सट लगी ज़्यादा जो स्टेयरिंग हार्ट पसली जी लग गया पसली जी हार्ट चुपट गई हार्ट ने काम करना बंद करता तीन चार घंटे बाद फिर डॉक्टर ने इन्हों कहता भी इन्हें डैथ हो गई है तो दूजा लड़का जो नाल तीजे दिन उन्होंने होश आ गई तो उन्होंने पंजवें दिन छुट्टी कर दी तो इस तरह ही साढ़े ना मोटा वक्त आया ਅਜੇ ਹਾਸਤਿਆਂ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਉਂਕਿ ਲਗਾਤਾਰ ਜਿਹੜਾ ਨੀਗਰੋ ਵਾਲਾ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਂਦਾ ਜਾਂ ਇਸ ਤਰ੍ਹਾਂ ਦੇ ਹਾਸਤੇ ਹੁੰਦੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਐਕਚੁਅਲੀ ਇਸ ਤਰ੍ਹਾਂ ਇਦਾਂ ਵੀ ਇਹ ਜਿੱਦਾਂ ਵੀ ਹੈਗੇ ਨੀਗਰੋ ਬਾਹਰ ਜਾਂ ਸਾਡੇ ਇੰਡੀਅਨ ਲੋਕ ਹੋ ਗਏ ਇਹਨਾਂ ਨੂੰ ਜ਼ਿਆਦਾ ਇਹਨਾਂ ਵੀ ਕੋਈ ਲੁੱਟ ਖੋ ਇਹਨਾਂ ਨਾਲ ਕਰਦੇ ਜਾਂ ਇਹਨਾਂ ਨੂੰ ਕਿਸੇ ਨਾ ਕਿਸੇ ਗੱਲ 'ਤੇ ਟਾਰਗੇਟ ਕਰਦੇ ਕਿਉਂਕਿ ਇਹ ਤਾਂ ਆਪਣੇ ਖੜੇ ਸੀ ਕਾਰ 'ਚ ਨਾ ਦੂਜਾ ਨਾਲ ਦਾ ਮੁੰਡਾ ਆਪਣੀ ਸੀਟ 'ਤੇ ਬੈਠਾ ਉਹ ਕਿਸੇ ਫੋਨ 'ਤੇ ਗੱਲ ਕਰ ਰਿਹਾ ਇਹ ਆਪਣੀ ਡਰਾਈਵਿੰਗ ਸੀਟ 'ਤੇ ਬੈਠਾ ਭਤੀਜਾ ਮੇਰਾ ਵਿਵੇਕ ਪਲਿਆ ਅਤੇ ਉਹਨਾਂ ਨੇ ਰੋਂਗ ਸੈਂਡ ਲਿਆ ਕੇ ਕਾਰ ਇਹਨਾਂ ਦੇ ਵਿੱਚ ਮਾਰੀ ਹੈ ਅਤੇ ਇਹਦਾ ਉੱਥੋਂ ਸਰਕਾਰਾਂ ਨੂੰ ਚਾਹੀਦਾ ਇਹਨਾਂ ਦੇ ਸਖਤੀ ਵਰਤਣ ਹੈ ਇਹ ਮਤਲਬ ਆਏ ਦਿਨ ਕੋਈ ਨਾ ਕੋਈ ਹਾਦਸੇ ਕਰਦੇ ਜਾਂ ਇਸ ਤਰ੍ਹਾਂ ਦੀ ਕੋਈ ਵਾਰਦਾਤਾਂ ਕਰਦੇ ਹੈ ਨਾ ਜੀ ਸਟੋਰਾਂ ਤਾਰਾਂ 'ਤੇ ਸਮਾਨ ਸਮੂਹ ਵੀ ਚੱਕੇ ਲੈ ਜਾਂਦੇ ਨੇ ਇਸ ਵਕਤ ਪਰਿਵਾਰ 'ਚ ਕੌਣ ਕੌਣ ਰਹਿ ਗਿਆ ਪਰਿਵਾਰ 'ਚ ਇਹਦੇ ਪਾਪਾ ਸੀ ਪਹਿਲੇ ਆਰਮੀ ਸੀਗੇ ਉਹਨਾਂ ਦੀ ਪਹਿਲੇ ਡੈਥ ਹੋ ਗਈ ਸੀ 10-15 ਸਾਲ ਪਹਿਲੇ ਅਤੇ ਛੋਟਾ ਲੜਕਾ ਗਾ ਇਹਦਾ ਵਿਵੇਕ ਦਾ ਛੋਟਾ ਬ੍ਰਦਰ ਹੈ ਅਤੇ ਉਹ ਆਰਮੀ 'ਚ ਇਸ ਟਾਈਮ ਉਹ ਹੈਦਰਾਬਾਦ ਹੈ ਆਰਮੀ 'ਚ ਗਾ ਅਤੇ ਮਾਤਾ ਉਹਨਾਂ ਦੀ ਘਰ ਇਕੱਲੀ ਅਤੇ ਸਾਡੇ ਮੰਮੀ ਡੈਡੀ ਨੇ ਬਹੁਤ ਦੁਖਦ ਘਟਨਾ ਵਾ ਔਰ ਜਦੋਂ ਇਹ ਬੱਚੇ ਦੀ ਡੈਥ ਹੋਈ ਨੂੰ ਤਾਂ ਕਾਫੀ ਦੇਰ ਹੋ ਗਈ ਕਿਉਂਕਿ ਫੈਮਿਲੀ ਮੈਂਬਰਸ ਨੂੰ ਖਾਸ ਕਰਕੇ ਇਹਦੇ ਮਾਤਾ ਨੂੰ ਨਹੀਂ ਦੱਸਿਆ ਸੀ ਕਿਉਂਕਿ ਇਹਨਾਂ ਦੇ ਘਰ ਪਹਿਲਾਂ ਵੀ ਬਹੁਤ ਵੱਡੀ ਟ੍ਰੈਜਡੀ ਹੋ ਚੁੱਕੀ ਆ ਇਹ ਵਿੱਕੀ ਜਿਹੜਾ ਲੜਕੇ ਸਵਰਗਵਾਸ ਹੋ ਗਿਆ ਇਹਦੇ ਜਿਹੜੇ ਪਿਤਾ ਜੀ ਵੀ ਮੈਂ ਕਿਹਾ 30 ਕੁ ਈਅਰਸ ਦੇ ਸੀ ਜਦੋਂ ਡੈਥ ਹੋਈ ਆ ਅਤੇ ਇਹ ਬਹੁਤ ਛੋਟੇ ਸੀ ਬੱਚੇ ਇਹਨਾਂ ਦੇ ਮਾਤਾ ਪਿਤਾ ਨੇ ਕਿਸ ਤਰ੍ਹਾਂ ਇਹਦੀ ਮਾਂ ਨੇ ਪਾਲਿਆ ਅਤੇ ਉਹਨਾਂ ਦੇ ਸਾਰੇ ਵੀ ਮਾਂ ਜੀ ਰਹੀ ਸੀ ਬੱਚਿਆਂ ਦੇ ਸਾਰੇ ਅੱਜ ਉਹ ਇੱਕ ਜਿਹੜਾ ਬੇਟਾ ਵਾ ਅਮੈਰੀਕਾ ਦੇ ਵਿੱਚ ਜਿਹਦੀ ਡੈਥ ਹੋ ਗਈ ਆ ਅੱਜ ਉਹਦੀ ਮਾਂ ਦਾ ਬਹੁਤ ਬੁਰਾ ਹਾਲ ਆ ਇਹਦੇ ਦਾਦਾ ਦਾਦੀ ਜੀ ਕਿਉਂਕਿ ਇਹ ਜਿਹੜੀ ਪਹਿਲਾਂ ਜਿਹੜਾ ਉਹਨਾਂ ਦਾ ਬੇਟਾ ਦਾਦਾ ਦਾਦੀ ਦਾ ਜਿਹੜਾ ਕਿ ਇਹਦੇ ਬਾਪ ਦੀ ਜਦੋਂ ਡੈਥ ਹੋਈ ਸੀ ਉਹ ਭੁੱਲ ਚੁੱਕੇ ਸੀ ਇਸ ਚੀਜ਼ ਨੂੰ ਲੇਕਿਨ ਇਹ ਦੁਬਾਰਾ ਇਹ ਚੀਜ਼ ਰਿਪੀਟ ਹੋਣੀ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਮੈਂ ਸਮਝਦੀ ਹਾਂ ਮੈਂ ਬਿਆਨ ਨਹੀਂ ਕਰ ਸਕਦੀ ਜਿੱਦਾਂ ਇਹਨਾਂ ਦੀ ਕੰਡੀਸ਼ਨ ਬਣੀ ਹੋਈ ਆ ਇਹਨਾਂ ਦੇ ਮਾਤਾ ਜੀ ਦੀ ਇਹਨਾਂ ਦੇ ਦਾਦੀ ਦਾਦਾ ਜੀ ਦੀ ਇਹਨਾਂ ਦੇ ਪੂਰੇ ਪਰਿਵਾਰ ਦੀ ਖੁਸ਼ਹਾਲ ਪਰਿਵਾਰ ਸੀ ਲੇਕਿਨ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇੱਕ ਡੈਥ ਹੋਣ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਉਦਾਸੀ ਛਾ ਗਈ ਹੈ ਬਹੁਤ ਦੁਖਦ ਘਟਨਾ ਵਾ ਔਰ ਸਾਰਾ ਗਾਓਂ ਆਇਆ ਵਾ ਇੱਥੇ ਔਰ ਮੈਂ ਵੀ ਪਹੁੰਚੀ ਹਾਂ ਪਹਿਲਾਂ ਵੀ ਇਹਨਾਂ ਦੇ ਨਾਲ ਫੋਨ 'ਤੇ ਮੈਂ ਗੱਲਬਾਤ ਕਰਦੀ ਰਹੀ ਹਾਂ ਔਰ ਅੱਜ ਇਹਨਾਂ ਦੇ ਸੰਸਕਾਰ 'ਤੇ ਮੈਨੂੰ ਖੁਦ ਬਹੁਤ ਕਿਉਂਕਿ ਮੈਂ ਵੀ ਛੋਟੇ ਛੋਟੇ ਬੱਚੇ ਦੇਖੇ ਹੋਏ ਆ